ਤੁਸੀਂ ਜਾਓ ਮੈਂ ਸਰਪੰਚ ਨੂੰ ਕਹਿ ਦੂੰਗਾ ਫਿਕਰ ਕਾਹਨੂੰ ਕਰਨਾ ਮੱਗਰ ਸਿਆਂ ਤੂੰ ਤੇ ਸਾਡਾ ਆਪਣਾ ਬੰਦਾ ਬਾਕੀ ਜੰਗ ਸਿੰਘ ਦੀ ਕਚਹਿਰੀ 'ਚ ਕਿਸੇ ਵੀ ਬੇਕਸੂਰ ਜਾਂ ਬੇਗਨਾਹ ਦੀ ਫਰਿਆਦ ਅਜਾਈ ਨਹੀਂ ਗਈ ਕਦੇ ਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੈਠ ਬਹਿ ਜਾ ਮੱਗਰ ਇਹ ਜੇ ਜੀ ਮੱਗਰ ਸਿੰਘ ਭੀਖੀ ਥਾਣੇ 'ਚ ਮੁਨਸ਼ੀ ਲੱਗਾ ਅਜੇ ਮੱਗਰਾ ਆਪ ਦੱਸ ਵੀ ਪੂਰੀ ਗੱਲ ਕੁਝ ਨਹੀਂ ਜੀ ਥਾਣੇਦਾਰ ਦੀ ਲੱਗਦੀ ਸਿੱਖ ਧਿਰ ਨਾਲ 751 ਦਾ ਕੇਸ ਬਣਦਾ ਸੀ ਜਿੱਦ ਕਰਨ ਲੱਗ ਗਏ ਕਿ 326 ਪਾ ਮੈਂ ਜੀ ਸਾਹ ਮਨਾ ਕਰ ਦਿੱਤਾ ਉਹ ਗੁੱਸਾ ਕਰ ਗਏ ਅਤੇ ਚਲੇ ਗਏ ਆ ਗਏ ਜੀ ਦਾਰੂ ਪੀ ਕੇ ਆਉਂਦੇ ਹੀ ਮੇਰੀ ਮਾਂ ਭੈਣ ਇੱਕ ਕਰਤੀ ਸਾਰੇ ਸਟਾਫ ਦੇ ਸਾਹਮਣੇ ਮੈਨੂੰ ਗਾਲਾਂ ਕੱਢੀਆਂ ਜਦੋਂ ਮੈਂ ਇਤਰਾਜ਼ ਕੀਤਾ ਤਾਂ ਮੇਰੇ ਚਪੇੜ ਮਾਰੀ ਅੱਕ ਚੱਬ ਗਿਆ ਜੀ ਮੈਂ ਨੌਕਰੀ ਕਰਕੇ ਕਰਦਾ ਵੀ ਕੀ ਅਫਸਰ ਸੀਗੇ ਉੱਤੋਂ ਸਵੇਰੇ ਮੇਰੇ ਹੱਥ ਵੀ ਸਸਪੈਂਸ਼ਨ ਦੇ ਆਰਡਰ ਦੇ ਤੇ ਮੈਨੂੰ ਕਹਿੰਦੇ ਤੂੰ ਦੂਜੀ ਧਿਰ ਤੋਂ ਪੈਸੇ ਖਾਧੇ ਹੈ ਮੈਂ ਤਾਂ ਜੀ ਕਦੇ ਕੋਈ ਗਲਤ ਕੰਮ ਨਹੀਂ ਕੀਤਾ ਅਤੇ ਨਾ ਹੀ ਕਦੇ ਰਿਸ਼ਵਤ ਲਈ ਹੈ ਜੀ ਜਾ ਤੇਰਾ ਕੰਮ ਹੋ ਗਿਆ ਮਿਹਰਬਾਨੀ ਜੀ ਪਰ ਉਹ SHO ਸਾਹਿਬ ਉਹ ਕੋਈ ਨਹੀਂ ਅੱਜ ਤੋਂ 30 ਦਿਨ ਬਾਅਦ ਤੇਰੇ ਥਾਣੇਦਾਰ ਸਾਹਿਬ ਦੇ ਉਸੇ ਸਟਾਫ ਅੱਗੇ ਉਹਦੇ ਥੱਪੜੇ ਵੀ ਛੱਡਾਂਗੇ ਪਰ ਸੋਫੀ ਲਓ ਵੀ ਮਿੱਤਰੋ ਉਤਰੋ ਉਹ ਪੜੇ ਉਹ ਲਿਆ ਵੀ ਰਿਫੰਡ ਇਹ ਕਦੀਆ ਤੇ ਤਿੰਨ ਪਊਏ ਓ ਛੇਤੀ ਕਰਤਾ ਆ ਲੋੜ ਲੱਗੀ ਪਈ ਆ ਮਿੰਟੀ ਮਾਰ ਕੇ ਨਾ ਮੇਰੇ ਧਰਨ ਸੀ ਪੜ 100 ਸਾਲ ਲਾਲ ਨਾਲ ਟਿੱਕੇ ਇਹ ਕੰਮ ਨਾ ਹੋਏ ਤਾਂ ਧਰਨ ਸੀ ਲਾਲ ਹੋ ਲੜੀ ਜਾਂਦੇ ਹੋ ਕੋਈ ਪੁਰਾਣਾ ਬੰਦਾ ਮੈਨੂੰ ਸ਼ਾਮ ਲਾਲ ਕਹਿ ਕੇ ਬੁਲਾ ਵੀ ਲੈਂਦਾ ਮੈਨੂੰ ਲੱਗ ਰਿਹਾ ਕਿਸੇ ਹੋਰ ਦੀ ਬਾਤ ਹੋ ਰਹੀ ਹੈ ਹੈ ਉਹ ਗੱਲ ਸੁਣੋ ਇਸ ਡੇਰੀ ਨੂੰ ਤੁਸੀਂ ਠੇਕਾ ਬਣਾ ਦਿਆ ਵਧੀਆ ਪਊਆ ਹੁਣ ਇਸ ਘਿਓ ਕੀ ਸੌਂਫਿਆ ਨਾ ਬਣਾ ਦੇਣਾ ਲਓ ਆਹ ਟੱਫ ਲਿਓ ਚੱਕੋ ਹੈਲੋ ਹਾਂ ਤਾਇਆ ਠੀਕ ਹੈ ਕਰਦਾ ਮੈਂ ਠੀਕ ਹੈ ਰਹਿਮਤ ਤਾਏ ਦਾ ਫੋਨ ਆਇਆ ਸੀ ਕਹਿੰਦਾ ਰਫੈਂਡ ਨਾਲ ਸ਼ਾਮ ਲਾਲ ਜੀ ਨਾਲ ਹਿਸਾਬ ਕਰਿਆ ਆਇਓ ਸ਼ਾਮ ਲਾਲ ਕੌਣ ਸ਼ਾਮ ਲਾਲ ਓ ਸ਼ਾਮ ਲਾਲ ਤਾਂ ਬਈ ਆ ਦੇਖੋ ਬਈ ਇਸ ਵਾਰ ਮੇਰੇ ਕੋਲ ਟਾਈਮ ਨਹੀਂ ਹੈਗਾ ਜਦੋਂ ਮੇਰੇ ਕੋਲ ਟਾਈਮ ਹੋਏਗਾ ਫਿਰ ਹਿਸਾਬ ਕਰੇਗੇ ਹਾਂ ਹੁਣ ਸ਼ਾਮ ਲਾਲ ਕਹਿਣ ਲੱਗੇ ਲੈ ਤੈਨੂੰ ਸ਼ਰਮ ਨੀ ਆ ਕਿਹੋ ਜਿਹੀ ਰਿੰਗਟੋਨ ਲਾਈ ਆ ਕਿਹੋ ਜੀ ਮੇਰੇ ਵਾਲੀ ਲਾ ਕਿਹੜੀ ਫੋਨ ਉਰਾਂ ਦੇ ਉਹ ਮਾਮੇ ਨੇ ਕਿਹਾ ਫੋਨ ਹੀ ਦੇਣਾ ਉਹ ਤਾਂ ਰਹਿਣ ਦੇ ਅੱਜ ਕੱਲ ਫਣੀ ਲੈ ਇੱਕ ਦੂਜੇ ਲਈ ਉਪਲੇ ਆ ਵਾਲੀ ਲੱਗਦੇ ਨਾਲੇ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਆਪਾਂ ਦੋਨੋਂ ਜਾਣੇ ਇਕੱਠੇ ਕਿੰਨੇ ਸੋਹਣੇ ਲੱਗਦੇ